ਯੂ ਬਹੁਤ ਵਧੀਆ ਇਸ ਟਾਈਮ ਯਾਰ ਪੌੜੀ ਉੱਤਰਦੀ ਸਾਰੇ ਮਸਾਜ ਕਰਾ ਲੇ ਇੱਥੇ ਤੇ ਹਣਾ ਜਿੱਦੋਂ ਉੱਪਰ ਬੰਦੀ ਵੀ ਉੱਪਰ ਹੈ ਭਾਈ ਵਧੀਆ ਪਹੁੰਚ ਗਏ ਉੱਪਰ ਕੀ ਬਾਤ ਹੈ ਦੋਸਤ ਫਰੈਂਡਸ ਕੀ ਹਾਲ ਚਾਲ ਹੈ ਹੋਪ ਕਰਦਾ ਸਾਰੇ ਵਧੀਆ ਹੋਣਗੇ ਤੇ ਦੋਸਤੋ ਅੱਜ ਅਸੀਂ ਤੁਹਾਡੇ ਸਪੈਸ਼ਲ ਵਲੌਗ ਲੈ ਕੇ ਆਏ ਹਾਂ ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਆਪਣੇ ਨਾਲ ਸਪੈਸ਼ਲ ਗੈਸਟ ਹੈਗੇ 1 2 3 5 ਨੇ ਸਪੈਸ਼ਲ ਗੈਸਟ ਆ ਵੇਖੋ ਸਭ ਤੋਂ ਪਹਿਲਾਂ ਹੈਲੋ ਨਾਮ ਦੱਸੀ ਆਪਣਾ ਤੁਹਾਡਾ ਜਸਕਿਰਤ ਤੇ ਨੈਕਸਟ ਯੂ ਹੈਲੋ ਆਈ ਐਮ ਸਿਮਰਪ੍ਰੀਤ ਕੌਰ ਬਸ ਬਸ ਐਂਡ ਯੂ ਰੀਆ ਰੋੜਾ ਰੀਆ ਰੋੜਾ ਨਹੀਂ ਹੁਣ ਅਫੀਸ਼ੀਅਲ ਰੀਆ ਬਾਟੀਆ ਐ ਭਾਜੀ ਮਿਲੋ ਆਪਣੇ ਸਪੈਸ਼ਲ ਕੀ ਨਾਮ ਭਾਜੀ ਤੁਹਾਡਾ ਮੋਹਿੰਦਰਪਾਲ ਸਿੰਘ ਓ ਮਾਈ ਸਾਹਿਲ ਉਰਫ ਸਾਹਿਲ ਗਾਇਸ ਪੁਜਿਆ ਖਾ ਲਓ ਸਾਡਾ ਤਾਂ ਮੇਰੇ ਮੂੰਹ ਚ ਵਾਟ ਦੋ ਜੀ ਖਾ ਮੇਰਾ ਤਾਂ ਤੁਹਾਨੂੰ ਪਤਾ ਹੀ ਆ ਤੇ ਚਲੋ ਦੋਸਤੋ ਅੱਥੇ ਚੱਲੇ ਅਸੀਂ ਯਾਰਾਂ ਨੇ ਦੱਸਿਆ ਨਹੀਂ ਜਾਣਾ ਕਿੱਥੇ ਆਈਆਂ ਨੇ ਦੱਸੋ ਕਿੱਥੇ ਚੱਲੇ ਅਸੀਂ ਇਹ ਸਰਪ੍ਰਾਈਜ਼ ਲੈ ਸਰਪ੍ਰਾਈਜ਼ ਕਾ ਦੇ ਰਹੇਗਾ ਥੰਬਨੇਲ ਤੇ ਸਭ ਨੂੰ ਪਤਾ ਲੱਗ ਹੀ ਜਾਣਾ ਕਿੱਥੇ ਗਏ ਅਸੀਂ ਵੈਸ਼ਨ ਦੇਵੀ ਹਾਂ ਵੈਰੀ ਗੁੱਡ ਰੀਆ ਭਾਟੀਆ ਚਲੋ ਦੋਸਤੋ ਹੁਣ ਚੱਲੇ ਅਸੀਂ ਵੈਸ਼ਨ ਦੇਵੀ ਠੀਕ हांजी कर बह गए ਹੋਰ ਬਾਤ ਜਾਣਾ ਹੀ ਹੈ ਹੁਣ ਜਿਹੜੀਆਂ ਰਾਤ ਤੋਂ ਵੱਢੀ ਜਾਣੀ ਆ ਮਾਮੀ ਕਿੱਥੋਂ ਨਿਕਲੇ ਆ ਇਹ ਆਪਣੇ ਮਾਮੀ ਜੀ ਤੇ ਮਾਮਾ ਜੀ ਥੱਲੇ ਆ ਮਾਮਾ ਜੀ ਅੰਦਰ ਵੜਦੇ ਆ ਮਾਮਾ ਜੀ ਅੰਦਰ ਬੈਠੇ ਮੈਂ ਵੀ ਖੜੀ ਹਾਂ ਤੇ ਸਾਰੇ ਇਹ ਬਸ 1 ਮਿੰਟ ਰੋਕ ਲੈ ਮੈਂ ਉਸ ਤੋਂ ਬਾਅਦ ਰਾਸ ਪੂਰਾ ਹੁਣ ਕਿੱਥੋਂ ਕੋਈ ਆਊਗਾ हूं राती वेखो किस टाइम लखनपुर पहुंचने फिर आपने खवाने से लड्डू लखनपुर के लड्डू तुसी खाने लड्डू सारे इतने बह रहे सीटा सुटा बह रहे जे बस तुरदी है आखो बार भी संगत खलोती जे सारे सी ऑफ करन आए अपने अपने घरद्या पिछे एक और बस जे सो दोस्तों नहीं बैठ चुके हैं बस के अंदर आ कोई लल्या नहीं कंबल कुंबल लली आ मुंडा जे नींद नहीं आई कहिंदा फोन फोन चला लगा ते चलो आ वेखो इधर अपने दूजिया फौजा बैठिया हाँ जी सर बैठे हो फिर आनंद है महाराज सुनते नहीं पे सर आए इतने इधर देखो हाँ जी मोए मोए सो जो हाँ जी कोई नहीं ब्लॉग बना रहे अजे नींद कहे तो नहीं आ रही इधर देखो चलो दोस्तों फिर मिलते हैं तुम जाके लखनपुर सीधा हम थोड़ी देर अभी भी रेस्ट रुस्ट कर लिए बाय कर रहे इधर
ਇਹਨਾਂ ਦੀ ਵੀ ਬਾਏ ਸੁਣ ਲਓ ਬਾਏ 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 ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਬਾਏ ਬਾਏ ਗੁੱਡ ਨਾਈਟ ਚਲੋ ਦੋਸਤੋ ਤੁਹਾਨੂੰ ਮਿਲਦੇ ਹਾਂ ਜਾ ਕੇ ਲਖਨਪੁਰ ਪਹੁੰਚ ਚੁੱਕੇ ਹੋ ਨਹੀਂ ਲਖਨਪੁਰ ਇੱਧਰ ਵੇਖੋ ਅਸੀਂ ਚੱਲੇ ਆ ਬੱਸ ਹੁਣ ਅਸੀਂ ਲੱਡੂ ਖਾਣ ਖਾਈਏ ਲੱਡੂ ਕੀ ਕਰਨਾ ਹੋਰ ਉੱਧਰ ਵੇਖੋ ਇਹ ਲਖਨਪੁਰ ਦੇ ਲੱਡੂ ਸੋ ਦੋਸਤੋ ਹੁਣ ਪਹੁੰਚ ਗਏ ਲਖਨਪੁਰ ਤੇ ਨਹੀਂ ਲੱਡੂ ਖਾਣ ਲੱਗੇ ਕੀ ਖਾਣੇ ਲੱਡੂ ਖਾਣੇ ਲੱਡੂ ਕਿਉਂ ਨਹੀਂ ਖਾਣੇ ਅੱਜ ਮੁਲਾ ਦੀ ਗੋਲੀ ਇਹਨੂੰ ਵੱਖਰਾ ਹੀ ਆ ਹਾਈ ਮੁਲਾ ਦੀ ਗੋਲੀ ਦਾ ਚਲੋ ਜੀ ਖਾਣ ਲੱਗੇ ਹੁਣ ਲੱਡੂ ਤੇ ਵੇਖੋ ਟੀਵੀ ਵੇਖੋ ਨਾਲ ਅਸੀਂ ਕਿੱਦਾਂ ਲੱਡੂ ਖਾਂਦੇ ਲਖਨਪੁਰ ਦੇ ਆਵੇ ਹਾਈ ਮੁਲਾ ਆਹ ਚਸਕੇ ਮਾਰ ਕੇ ਰੌਣਕਾਂ ਲੱਗੀਆਂ ਇੱਥੇ ਹਰ ਕਿੱਥੇ ਰੌਣਕਾਂ ਰੌਣਕਾਂ ਪੂਰੀ ਲੱਡੂ ਛੱਡੂ ਰਾਤ ਦੇ ਵੱਜ ਗਏ ਆ ਟਾਈਮ ਖਾਈਏ ਤੁਹਾਨੂੰ ਦੇਖੋ ਰਾਤ ਦੇ ਵੱਜ ਗਏ ਇਸ ਟਾਈਮ 2:30 ਅਤੇ ਅੱਛਾ ਫਿਰ ਕੀ ਕਰੀਏ ਇੱਥੇ ਦੇਖੋ ਲੋਕ ਇੱਥੇ ਚੱਲ ਰਿਹਾ ਪੂਰਾ ਫੰਕਸ਼ਨ ਨਾ ਜੀ ਨਾ ਬਸ 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 ਲੱਡੂ 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 ਡੱਡੂ ਡੱਡੂ ਮੈਂ ਇਕੱਲਾ ਹੀ ਆਵਾਂ ਤੁਹਾਨੂੰ ਕੋਲਡ ਡਰਿੰਕ ਲੱਭਣ ਲੱਗਿਆ ਕਿਸੇ ਨੂੰ ਕੋਲਡ ਕੋਲਡ ਡਰਿੰਕ ਨਹੀਂ ਲੱਭਦੀ ਮੈਗੀ ਖਾਈ ਮੈਗੀ ਕੀ ਲੈ ਮੈਂ ਮੈਗੀ ਖਾਣੀ ਆ ਮੈਗੀ ਮਿਲ ਜੂਗੀ ਬਣਾਓ ਫਿਰ ਚਾਰ ਕਿੰਨੇ ਦੀ ਪੈਕਟ ਕਿੰਨੇ ਦੀ ਪਲੇਟ ਪਲੇਨ ਕਿੰਨੇ ਦੀ ਕਿੰਨੇ ਦੀ ਕਿੰਨੇ ਦੀ ਕੀ ਆ ਪਲੇਟ ਇੱਕ ਪਲੇਟ ਬਣਾਉਣੀ ਇੱਕ ਪਲੇਟ ਬਣਾ ਦੋ ਸੋ ਦੋਸਤੋ ਬਣਾਉਣ ਲੱਗੇ ਭਾਜੀ ਮੈਗੀ ਤੇ ਮੈਗੀ ਖਾਵਾਂਗੇ ਚੇਤਾ ਪਿਛਲੀ ਰੀ ਅਸੀਂ ਖਾਵਾਂਗੇ ਬਾਅਦ ਮਿੰਟ ਤੇ ਦੋ ਪਲੇਟਾਂ ਹੋਰ ਰੋਟੂ ਕਹਿਤੇ ਆ ਭਾਈ ਦੋ ਪਲੇਟਾਂ ਹੀ ਕਰਿਓ ਤੂੰ ਉੱਥੇ ਹੁਣ ਮੈਗੀ ਖਾਣ ਲੱਗੇ ਆ ਹਾਂ ਬਣਾ ਲੱਗੀ ਹੁਣ ਇੱਥੇ ਆਪਣੀ ਮੈਗੀ ਦੋਸਤੋ ਮੈਗੀ ਬੜੀ ਸਵਾਦ ਦੀ ਜਿੰਨੇ ਆ ਕੇ ਇੱਥੇ ਮੈਗੀ ਦੇ ਨਾਲ ਲੱਡੂ ਨਹੀਂ ਖਾਧੇ ਕੁਛ ਬਹੁਤ ਸਵਾਦ ਮੈਗੀ ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਫਿਰ ਫਾਈਨਲੀ ਪਹੁੰਚ ਚੁੱਕੇ ਅਸੀਂ ਕਟਰੇ ਅਤੇ ਆਹ ਵੇਖੋ ਸਾਰਿਆਂ ਦਾ ਹਾਲ ਕੀ ਹੋ ਰਿਹਾ ਹਾਂਜੀ ਸਾਰਿਆਂ ਨਜ਼ਾਰਾ ਆ ਰਿਹਾ ਸਭ ਨੂੰ ਨਜ਼ਾਰਾ ਯਸ ਕਿੰਨਾ ਨਜ਼ਾਰਾ ਆ ਰਿਹਾ ਬਸ ਹੁਣ ਰੂਮ ਲਈਏ ਫਰੈਸ਼ ਹੋ ਕੇ ਟਰਾਈ ਸ਼ੁਰੂ ਕਰ ਦਈਏ ਯਸ ਠੰਡ ਬਹੁਤ ਜ਼ਿਆਦਾ ਜਿਹੜੀ ਵੀ ਸੰਗਤਾਂ ਆ ਰਹੀਆਂ ਸਭ ਤੋਂ ਪਹਿਲਾਂ ਧਿਆਨ ਰੱਖ ਕੇ ਕਿ ਆਪਣਾ ਠੰਡ ਨੂੰ ਵੱਧ ਦੇ ਕੱਪੜੇ ਕੁੱਪੜੇ ਲੈ ਕੇ ਆਓ ਠੰਡ ਦਾ ਪੂਰਾ ਵਿਚਾਰ ਰੱਖੋ ਹੋਰ ਸਗੋਂ ਨਹੀਂ ਚੜ੍ਹਾਈ ਤੋਂ ਮਿਲ ਗਿਆ ਤੁਹਾਨੂੰ ਸਿੱਧਾ ਸੋ ਹਾਂਜੀ ਦੋਸਤੋ ਤਿਆਰ ਹੋ ਚੁੱਕੇ ਹਾਂ ਸਾਰੇ ਹੁਣ ਅਸੀਂ ਇੱਥੇ ਵੇਖ ਲਓ ਪਹਿਲਾਂ ਹੀ ਸ਼ੁਰੂ ਹੋ ਗਏ ਪੂਰੀਆਂ ਖਾਣ ਸਾਰੇ ਇੱਥੇ ਆਪਣੇ ਮਾਮਾ ਜੀ ਸਿਮਰ ਕਿਰਤ ਮਾਮੀ ਇਕੱਠੇ ਸਾਰੇ ਹੁਣ ਖਾ ਰਹੇ ਆ ਰੋਟੀ ਰੋਟੀ ਖਾ ਕੇ ਬਸ ਐਵੇਂ ਕੋਹ ਹੋਇਆ ਅਤੇ ਸ਼ਗਿਰਦ ਰਹਿ ਗਏ ਆਪਣੇ ਤੋਂ ਇਕੱਠੇ ਬਹਿ ਕੇ ਖਾੜੇ ਪੂੜੀਆਂ ਛੋਲੇ ਅਤੇ ਬਸ ਹੁਣ ਬ੍ਰੇਕਫਾਸਟ ਕਰ ਰਹੇ ਹਾਂ ਬ੍ਰੇਕਫਾਸਟ ਕਰਕੇ ਫਿਰ ਅਸੀਂ ਚੜ੍ਹਾਈ ਸ਼ੁਰੂ ਕਰਾਂਗੇ ਕਾਰਡ ਵਗੈਰਾ ਬਣਾ ਕੇ ਫਿਰ ਅਸੀਂ ਤੁਰਦੇ ਹਾਂ ਅਤੇ ਠੀਕ ਨਹੀਂ ਧੁੱਪ ਬਹੁਤ ਪੈ ਰਹੀ ਇਹਨੂੰ ਛਤਰੀ ਲਿਆ ਦੀਏ ਦੇ ਲਓ ਲੋੜ ਹੈਗੀ ਛਤਰੀ ਦੀ ਟੈਨਿੰਗ ਹੋ ਜਾਣੀ ਜ਼ਿਆਦਾ ਹਾਂਜੀ ਤੁਹਾਡੇ ਕੀ ਵਿਚਾਰ ਹੈ ਕੋਈ ਵਿਚਾਰ ਨਹੀਂ ਚਲੋ
चलो दोस्त रोटी खाने हैं ते बस हुन भुख सारे बड़ी ज्यादा लगी है। इधर छोले भर भर के सारी संगत खलोती है, उत्थे चढ़ाई शुरू करांगे। चलो तुहानू मिलदे आ ट्रैक ते, ठीक है। अज का दिन बहुत मजेदार होने वाला, व्लॉग बिल्कुल मिस ना करो। चलो मिलते हैं तुहानू चढ़ाई। देखो चाह ठंडी हो रही, क्या स्टाइल है। स्टाइल कि घट है, निकल चुके हैं। इतने ऑटो च बैठे हैं, बाल गंगा जा रहे हूँ। नहीं बाल गंगा तो फिर असि अगे बैदल यात्रा करा गे अपनी। सब मजा बहुत ज्यादा, कि मजा बिल्कुल। तो दोस्तों वेखो बाजार लगे इतने, रौनक मेला पूरा लग गया इतने। चलो करो इंजॉय तुसी व्लॉग नू। फौज दे दो बजुर्ग सोटियां फड़ के तुरदे पे, बजुर्ग ही सोटियां बजुर्ग ही फड़दे। सहारा तुहानू चाहिए है। दोस्तों चले सी इधर बाल गंगा आए, पानी अंदर हल्का है, चलने ठंड बहुत लग रही है। गंगा पानी हांजी दोस्तों पहुंच चुके हैं असी हुण अद्ध कुआरी तों अगे, पिछे वीडियो नहीं शूट किया गा, थकावट ही एडी हो गई सानू। सनसैट चेक करो तुसी, क्या बात है, किड्डा सोहना व्यू आ रहा इत्थे, चारों तरफ दा व्यू वेखो किड्डा वधिया। वो पहाड़ किड्डे सोहने लग रहे इस टाइम, सारा व्यू ही बहुत वधिया। व्यू बहुत वधिया इस टाइम, धुंद इस टाइम पैनी शुरू हो गई, ठंडा ठंड पूरी वध रही है। आ वेखो ठर ठर हो रहे पूरे, जैकट जूसा कढ़िया इन्होंने, किड्डा सोहना व्यू इतना चेक करो। मैं कहना बहुत कैंट नज़ारा जी, बहुत कैंट, क्या बात है जी। हैं की पता नहीं। चलो दोस्तों भवन का व्यू विखाने जाके, बस रह गया थोड़ा जा, ते बाकी फुल नज़ारा आ रहा है। बंदा आए वैसे सर्दियों के मौसम से, गर्मियों कोई फायदा नहीं गा है ना, गर्मियों तो यह हिसाब है पसीनो पसीनी होने वाला हिसाब है। आखिर जैकट पै रही पूरी हूँ, फिर तुरे आना कोई चलता नहीं पाया, डिगू डिगू करते पे, कोई इधर डिगद कोई इधर डिगद। बाकी साढ़े बंदे छड़ के चल गए, वेखो भाई अठ जने ही सू, पांच जने साडे अगे चली जाते, साडे सानू पता ही नहीं, उन्होंने साडा ख्याल भी नहीं है भी हाँ कि नहीं, कि नहीं कुछ नहीं हों। मैं कह रहा पता
ਖਿਆਲ ਹੀ ਨਹੀਂਗਾ ਭਵਨ ਤੇ ਪਹੁੰਚ ਵੀ ਚੁੱਕੇ ਪੁੱਛੀ ਛੱਡ ਕੇ ਆ ਹਾਂ ਕੀ ਹੋ ਗਿਆ ਹਾਂ ਉਡਾ ਰਹੇ ਕੇ ਮੌਂਕੀ ਤੋਂ ਹਾਏ ਉਹ ਉੱਪਰ ਬੈਠਾ ਹੀ ਇੱਕ ਫੋਨ ਹੀ ਨਾ ਖੋਲੇ ਇੱਕ ਮਿੰਟ ਇਹ ਵਿਊ ਕਿੱਡਾ ਸੋਹਣਾ ਇੱਥੋਂ क्या बात है चलो ए पचो 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 तुम भवन ते जाके मिलते हैं हम फौजा भजी जा रही अगे हम छड़ के चलो मिलते हैं तुम भवन ते भवन देखो आ ही गया उते ओ देखो जे क्या बात है हाँ वैष्णो देवी दरबार किड्डा सोहना दरबार सो दोस्तों भवन ते पहुंच चुके हैं अपने आयो चलिए अपने सारे जेड़े मामा मामी भैन भरा आ की हुंदा पर वखरा सीन है तुहानू मानने उहनू छड्ड के अगे चल गए ही ए कित्थे गया लभना इहनां नूं सोखा कित्थे शनान करन वड़ गए आ वेखो हाँ जी दसो सानू छड्ड के चल गए ओ की तू यार पिछे रह जे अच्छा तो फाइनली दोस्तों देखो सारे इकट्ठे हो चुके हैं सारे हैलो करो हैलो मेला में वेलकम है बेटा पहुंच चुके हैं दरबार से माता जी के तो तुम्हें तो व्यू दिखा रहे हैं मैं कह रहा व्यू ऑसम व्यू है ना व्यू बहुत ही बढ़िया क्या बात है दोस्तों यहाँ जो व्यू देखने से लोग तरसते हैं सानू फ्री च मिल गया ठंडे पानी ना भी गर्म पानी ले आइए थल्यो जाने वापसी किसी ना कट के लिया दोस्तों रश इस टाइम बहुत पूरा पूरा रश हो पे इतना ਕਿੱਥੋਂ ਹੀ ਤੁਰ ਤੁਰ ਕੇ ਉਹ ਉੱਪਰੋਂ ਥੱਲੇ ਪਹਿਲਾਂ ਉੱਥੋਂ ਮਤਲਬ ਬਹੁਤ ਜ਼ਿਆਦਾ ਹੀ ਰਸ਼ ਹੈਗਾ ਇੱਥੇ ਹੁਣ ਚਲੋ ਮੱਥਾ ਟੇਕ ਕੇ ਆਉਂਦੇ ਹੋ ਕਿਉਂਕਿ ਅੰਦਰ ਅੰਦਰ ਕੈਮਰਾ ਲੈ ਕੇ ਜਾਣਾ ਅਲਾਊਡ ਨਹੀਂ ਅਤੇ ਮੱਥਾ ਟੇਕਦੇ ਹਾਂ ਅਤੇ ਮੱਥਾ ਟੇਕ ਕੇ ਅਸੀਂ ਮਿਲਦੇ ਹਾਂ ਤੁਹਾਨੂੰ ਫਿਰ ਸੋ ਦੋਸਤੋ ਉਸ ਤੋਂ ਬਾਅਦ ਹੀ ਮੱਥਾ ਟੇਕ ਕੇ ਵਾਪਸ ਆ ਗਏ ਅਤੇ ਉਸ ਤੋਂ ਬਾਅਦ ਜਿਹੜੀ ਵੀਡੀਓ ਦੋ ਤਿੰਨ ਸ਼ੋਟ ਲਿੱਤੇ ਸੀ ਗੇਜ ਵੀ ਸਾਊਂਡ ਨਹੀਂ ਆਈ ਅਤੇ ਬਸ ਫਿਰ ਇਹ ਉਤਰਾਈ ਸ਼ੁਰੂ ਕਰਤੀ ਅਤੇ ਤੁਸੀਂ ਹੁਣ ਵੇਖਣ ਲੱਗੇ ਉਹਦੇ ਅਸੀਂ ਫਿਰ ਮਸਾਜ ਕਰਾਈ ਸਾਰਿਆਂ ਨੇ ਭਾਈ ਵਾਧੂ ਅੱਗੇ ਆ ਗਏ ਛੇਤੀ ਆ ਗਏ ਸਾਰੇ ਇੱਥੇ ਦੋ ਸੌ ਪੰਜ ਸੌ ਸਾਰੇ ਮਸਾਜ ਕਰਾ ਲਏ ਇੱਥੇ ਫਿਰ ਇਸ ਤੋਂ ਬਾਅਦ ਉਹ ਨਹੀਂ ਮਸਾਜ ਕਰਾਵਾਂਗੇ ਦੋਨੋਂ ਜਣੇ ਕਿਉਂਕਿ ਸੀਟ ਇੱਕ ਸੀਟ ਰਹਿ ਗਈ ਫਿਰ ਇੱਕ ਇਕੱਠੇ ਕਰਾਉਂਦੇ ਹਾਂ ਮਸਾਜ ਬਾਕੀ ਥਕਾਵਟ ਬਹੁਤ ਹੋ ਚੁੱਕੀ ਹੈ ਵੇਖ ਹੀ ਚੱਕਦੇ ਆ ਵੇਖੋ ਚਿਹਰੇ 'ਤੇ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਕਿ ਕੁਛ ਨਹੀਂ ਹੋਇਆ ਚਲੋ ਸਾਰਿਆਂ ਦਾ ਰਿਵਿਊ ਪੁੱਛਦੇ ਹਾਂ ਹਾਂਜੀ ਕੀ ਕਿੱਦਾਂ ਦਾ ਮਜ਼ਾ ਆ ਰਿਹਾ ਤੁਸੀਂ ਦੱਸੋ ਜੀ ਮਸਤ ਮੋਲ ਪਤਾ ਹੀ ਨਹੀਂ ਹਾਂਜੀ ਭਾਜੀ ਦੱਸੋ ਤੁਸੀਂ ਬਹੁਤ ਵਧੀਆ ਰਿਲੈਕਸ ਹੋ ਗਏ ਪੂਰੇ ਰਿਲੈਕਸ ਹੋ ਰਹੇ ਪੂਰੇ ਆਹ ਲੈ ਬਸ ਆ ਹੀ ਸਹੀ ਹੈ ਵਧੀਆ 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 ਤੂੰ ਨਾ ਤਾਂ ਤਾਂ ਹੁਣੇ ਨਹੀਂ ਵਾਲ ਵਿਖਰੇ ਹੁਣ ਜੀ ਦੋਸਤੋ ਵੇਖੋ ਕੁੜੀ ਬੈਠੇ ਬੈਠੇ ਹੀ ਸੌ ਗਈ ਆ ਤੇ ਹਾਂਜੀ ਹਾਂਜੀ ਯਾ ਕੀ ਹੋ ਗਿਆ ਸੀ